خوش تو اللہ بھی ہے، نبی بھی خوش، تسا بھی خوش، فرشتے بھی خوش، میں بھی خوش. تین شعبان نو آقا حسین علیہ السلام آئے، اور چار نو سرکار عباس علیہ السلام. تو میرے دل چو ایک جڑی آواز اٹھی ہے وہ میں تمہیں سناونا چاہنا. مجرا سپیکر کا اخیر کیتی پیا، بڑی آواز ہے. ایک تو سمجھ آنی چاہیے انہوں نے، اصا پڑھیا کہ ٹھیک ہے نا، آواز ڈھیر ہے، سمجھ نہیں آتی. دوسرا اتنے میں کھلو کے پڑھا، منہ اتنے نہ رکھنا پوے. بھائی عامر دیواری تو انہیں کر لیں، میں نو اتنے کھلو دے جو میں ایک بندے نو کرنٹ لگتا جیٹا. پڑھا قصیدہ بھائی، ایکو قصیدہ تے یا علی یا علی. اے تو وچو دل بولیا تے اس میں نو آکھیا تین اور چار شبان آل دیوار، او دل میں نو آکھیا دے میرے دل میں نو آکھیا. اے سید یا جن دل نال سنا جشن حسین تے غازی دا، سید یا جن دل نال سنا صاحب. سن سن کے تھکے پے نی شابان نو کیا ہوئے. آہا ہون سبھی کرائی تو دے ہاتھ لینے، میں نو اتھے پتہ لگ دا جی ہونے دی نبز دے ہاتھ رکھیا گیا. تیریا زندگی ہوئے تین شابان نو کیا ہوئے، چار نو کیا ہوئے، کوٹ لے حاجی شاہ لے نو سنا مشتاق شاہ چونجو ذاکر بنے ودہ مولا دا تے آیا اتنا لمبا سفر کر کر سنا. او میں تن سنا وا تین کو نور حسین دا چھایا، چار کو علما والا آیا. اے آئل باکرے کے پہ بھید ہیں، اے اتو اجن چار حصے داد ہور ودنی ہیں. تو بیٹھا ہے اچھی جاتے ناظر ممبریں ہی کو اعلان کتا کر، سارا اخبار نہ پڑھیا کر. نہیں میں تو نسے نہ ایک وری پڑھیا نہ موڑ پانچیاں دا اعلان کر کے نا، یہ ساڑا پرانا جی گو رہے مالک دی زندگی کرے. اے وقتانو گلنا کرنی ہے پاؤں دین جڑی کہ ہوئے ایسا ہوں ایک دو اعلان کر لیں گے مچڑو یا مالک زندگی کرے. سید سنا بھائی تین کونو حسین دا چھا آپ خدا جشن حسین.
ਕਾਨ ਖਲੋਤਾ ਲੈਣਾ ਇੱਕ ਜ਼ਾਕਰ ਆਈ ਉਹ ਗੱਡੀ ਰੋਕ ਕੇ ਆਦਾ ਡਰਾਈਵਰ ਰੋਕ ਮੁੜ ਸੁਰ ਲਾਉਣਾ ਆਖਣਾ ਠੀਕ ਹੈ ਸੁਰ ਠੀਕ ਹੈ ਚੱਲ ਚੱਲ ਮੈਂ ਉਹ ਸੁਰ ਠੀਕ ਕੀਤਾ ਹਾਂ ਅਸਾਂ ਸਾਰਿਆਂ ਨੂੰ ਪਤਾ ਹੈ ਉਹਦਾ ਸੁਰ ਖਰਾਬ ਹੋਵੇ ਤਾਂ ਉਹ ਮੁੜ ਪਿੱਛੇ ਹਟ ਪੈਂਦਾ ਹੈ ਲੇਕਿਨ ਅਸਾਂ ਨਹੀਂ ਹਟਦੇ ਅਸਾਂ ਸਾਈਆਂ ਦੀ ਤਵੱਕਲ 'ਤੇ ਟੁਰੇ ਰਹਿੰਦੇ ਹਾਂ ਅਤੇ ਉਹ ਮੁੜ ਕਿੱਦਾਂ ਹੀ ਥੋੜ੍ਹੇ ਜਿਹਾ ਖਰਾਬ ਹੋਏ ਨਾ ਇੱਕ ਮਹਿਲਸ 'ਤੇ ਅਤੇ ਦੂਜੀ ਮਹਿਲਸ 'ਤੇ ਮੇਰਾ ਤਾਂ ਬਾਈ ਇੱਥੇ ਗਿਆ ਖਲੋਤਾ ਮੈਨੂੰ ਬਾਕੀਆਂ ਦਾ ਨਹੀਂ ਪਤਾ ਇਹਦਾ ਕੋਈ ਪਤਾ ਨਹੀਂ ਲੱਗਦਾ ਕਿਸੇ ਵੇਲੇ ਠੀਕ ਹੋ ਵੇ ਮੇਰੇ ਸੁਰ ਦਾ ਕੋਈ ਪਤਾ ਨਹੀਂ ਲੱਗਦਾ ਲੈ ਬਈ ਮੈਂ ਸ਼ੇਰ ਪੜੂਆ ਮੇਰੀ ਛੋਟੀ ਜਿਹੀ ਤਾਕਤ ਮੇਰੀ ਨਿੱਕੀ ਜਿਹੀ ਜਿੰਦ ਮੇਰਾ ਨਿੱਕਾ ਜਿਹਾ ਇਲਮ ਜਿਨ੍ਹਾਂ ਦਾ ਜ਼ਿਕਰ ਮੈਂ ਸ਼ੁਰੂ ਕੀਤੀ ਖਲੋਤਾ ਇਹਨਾਂ ਨੂੰ ਅੱਲਾ ਜਾਣਦਾ ਆ ਸਾਡਾ ਗੁਲਾਮੀ ਦਾ ਵੇ ਮੈਂ ਦੋ ਬਾਦਸ਼ਾਹਾਂ ਦਾ ਤਾਰੁਫ ਕਰਾਉਣਾ ਚਾਹੁੰਦਾ ਤੇ ਗੱਲ ਕਰੀ ਪਿਆਦਾ ਇੱਕ ਦੀ ਮਾਂ ਅਰਸ਼ਾ ਦੀ ਮਕੀ ਨੇ ਬੈ ਦੀ ਮਾਂ ਵੀ ਉਮਲ ਬਣੀ ਨੇ ਜੀਓ 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 ਲਾਹੌਰ ਨਹੀਂ ਬਣ ਗਿਆ ਕਿੱਥੇ ਥੱਕਣੀ ਵਾਹ ਵਾਹ ਸਲਾਮਤ ਰਹੋ ਫਿਰ ਸੁਣਾ ਬਈ ਇੱਕ ਦੀ ਮਾਂ ਅੱਛਾ ਅਸਾਂ ਐਡੇ ਬਖਤ ਵਾਲੇ ਹੈ ਸਾਡੇ ਸਾਰੇ ਪੀਰ ਸੈਯਦ ਸਾਡੇ ਸਾਰੇ ਮਾਸੂਮ ਸਾਡੇ ਸਾਰੇ ਮੁਹੰਮਦ ਸਾਡੇ ਸਾਰੇ ਅਲੀ ਸਾਡੇ ਸਾਰਿਆਂ ਨੂੰ ਅੱਲਾ ਅਜ਼ਮਤ ਦਿੱਤੀ ਹੈ ਬੰਦੇ ਸਾਡੇ ਉੱਤੇ ਉਹ ਰੋਬ ਪਾਈ ਖਲੋਤੇ ਹਨ ਜਿੰਨਾ ਆਪ ਬੰਦਿਆਂ ਦੇ ਉੱਤੇ ਪਾਲਾ ਸਲਾਈਏ ਇੱਥੇ ਵਾ ਆ ਮੇਰੇ ਪੀਰਾਂ ਦੀ ਸ਼ਾਨ ਸੁਣ ਜਿਵੇਂ ਉਹ ਸਪੀਕਰ ਵਾਲਿਆ ਉਹ ਤੇਰੀਆਂ ਜ਼ਿੰਦਗੀਆਂ ਨੇ ਉਹ ਤੂੰ ਮੂੰਹ ਜਿਵੇਂ ਸੋਹਣਾ ਸਪੀਕਰ ਪਿਆ ਚੱਲਦਾ ਹੈ ਇਨ ਚੱਲੇ ਤਾਂ ਵੱਧ ਮੈਂ ਪੜ੍ਹ ਸਕਦਾ ਜੇ ਕੋਈ ਸਪੀਕਰ ਨੂੰ ਪਰੂ ਬਟਨ ਫੇਰ ਆਵੇ ਮੈਂ ਤੂੰ ਨੇ ਪੜੀਂਦਾ ਨੇ ਪੜੀ ਸ਼ੇਰ ਸੁਣਨਾ ਭਾਈ ਆਕ ਹਸਨ ਅਲੈਹ ਸਲਾਮ ਆਕ ਹੁਸੈਨ ਅਲੈਹ ਸਲਾਮ ਔਰ ਸਰਕਾਰ ਅਬਾਸ ਅਲੈਹ ਸਲਾਮ ਅੱਛਾ ਕੁਝ ਬੰਦੇ ਇੰਨੇ ਥੋੜ੍ਹੇ ਜਿਹੇ ਵਡੇਰੇ ਜ਼ਾਕਰ ਹੋ ਵਣਨ ਨਾ ਮੁੜ ਰੁੱਖ ਨਾ ਚਾਹੀਦੇ ਨੇ ਹੁਸੈਨ ਅਦਾ ਗਾਜ਼ੀ ਅਦਾ ਮੁਹੰਮਦ ਅਦਾ ਅਲੀ ਅਦਾ ਮੈਂ ਇਹ ਅਲਮਾਂ ਦੇ ਦਰਮਿਆਨ ਖਲੋਤਾ ਇੰਜ ਨਾ ਚਾਹਵਣ ਦਾ ਬਾਕੀ ਸਾਰਿਆਂ ਨਬੀਆਂ ਨੂੰ ਹੀ ਹੁਕਮ ਨੇ ਤੇ ਤੁਸਾਂ ਮਰਜ਼ੀ ਵਾਲੇ ਤੁਹਾਡਾ ਜਿਵੇਂ ਦਿਲ ਲੱਗ ਕੇ ਉਂਝ ਕਰੋ ਜੋ ਅੱਜ ਬੰਦਾ ਕਿਦਾਂ ਹੀ ਕਈ ਗੱਲ ਕਰ ਬੈ ਤਾਂ ਮੀਡੀਆ ਹਲਕੋਇਆ ਖਲੋਤਾ ਹੈ ਕੋਈ ਇੱਕ ਸਿੱਧੀ ਕਰਨ ਲੱਗੇ ਤਾਂ ਉਹਦੇ ਬਗਰ ਮਖਲੂਕ ਲੱਗ ਗਏ ਕੋਈ ਡਿੰਗੀ ਕਰੇ ਤਾਂ ਚਾਹ ਰੱਖਣ ਤਾਂ ਉਹਨੂੰ ਚਾਹ ਰੱਖਦੇ ਨੇ ਬਾਈ ਅਸਾਂ ਮਾਫ਼ੀ ਮੰਗਦੇ ਅਸਾਂ ਨੌਕਰ ਹੈ ਮਦੀਨੇ ਵਾਲੇ ਦੇ ਨੌਕਰੀ ਕਰਦੇ ਵਧੇ ਅਸਾਂ ਇਮਾਮ ਹੁਸੈਨ ਦੀ ਪਾਰਟੀ ਹੈ ਬਸ ਜਿਹੜਾ ਜੀ ਕਰੇ ਸੀ ਉਹਦੇ ਨੌਕਰ ਹੈ ਅਤੇ ਜਿਹੜਾ ਖਾ ਮਖਾ ਤੜੀ ਦੇ ਵਿਖੇ ਸੀ ਅਤੇ ਅਸਾਂ ਆਪ ਸੈਯਦ ਉਹਨੇ ਤਵੱਜੋ ਕਰਨੀ ਬਈ ਨੌਕਰ ਹਾਂ ਸਾਰੇ ਅਜ਼ਾਦਾਰਾਂ ਦੇ ਮੋਮਨਾਂ ਦੇ ਜ਼ਾਕਰਾਂ ਦੇ ਸ਼ੇਰ ਸ਼ੇਰ ਨਹੀਂ ਬਬਰ ਸ਼ੇਰ ਹੈ ਮੇਰਾ ਆਪੇ ਦਿਲ ਆਖਿਆ ਤੁਹਾਨੂੰ ਜਸ਼ਨ ਸੁਣਾ ਸੋਣਾ ਹੋਇਆ ਜੋ ਸ਼ਬਾਨ ਮੈਂ ਸ਼ੇਰ ਪਿਆ ਸੁਣੇ ਇਸ ਮਜਮੇ ਨੂੰ ਆਕਾ ਹੁਸੈਨ ਅਲੈਹ ਸਲਾਮ ਔਰ ਸਰਕਾਰ ਅਬਾਸ ਅਲੈਹ ਸਲਾਮ ਤੇ ਗੱਲ ਕਰੀ ਪਿਆਦਾ ਇੱਕ ਇਸਲਾਮ ਭਰਮ ਨਜ਼ਰ ਬੈਦਾ ਘਰ ਘਰ ਅੱਲਾਹ ਨਜ਼ਰ ਜਿਓ 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 ਬਿਸਮਿਲਲਾ ਹਾਂ ਬਈ ਇੱਕ ਇਸਲਾਮ ਦਾ ਭਰਮ ਨਜ਼ਰ ਦੇ
ਤਖਤ ਜਗਾ ਜਸ਼ਨ ਹੁਸੈਨ ਤੇ ਗਾਜ਼ੀ ਦਾ ਕੋਈ ਥੋੜੇ ਬੈਠੇ ਨੇ ਮਸੇ ਪੜ੍ਹਨ ਵਾਲੇ ਬੜੇ ਬੈਠੇ ਨੇ ਮੇਰੇ ਕੋਲ ਕਸੀਦੇ ਸੁਣੋ ਅਜਾ ਮੇਰੀ ਤਬੀਅਤ ਹੀ ਨਹੀਂ ਬਣੀ ਮੈਂ ਮਸਾਹਿਬ ਤੁਹਾਨੂੰ ਸੁਣਾ ਹਕੀਕਤ ਜੇ ਅੱਠ ਅੱਠ ਨੌ ਨੌ ਜਸ਼ਨ ਪੜ੍ਹਨ ਦੀਵਾਰ ਚ ਉਹਦਾ ਮਸਾਹਿਬ ਵਾਸਤੇ ਰੂਹ ਵੱਧ ਹੀ ਅਜਾ ਮੇਰਾ ਰੂਹ ਨਹੀਂ ਬਣਿਆ ਹੋਇਆ ਸ਼ੇਰ ਤੁਹਾਨੂੰ ਇਹਦਾ ਸੁਣਾਉਣਾ ਨਾ ਬੜੇ ਬੜੇ ਵਿਰਾਹ ਹੁਸੈਨ ਵਿਰਾਵਾਂ ਤਾਂ ਹੁੰਦਾ ਇੱਕ ਬਾਈ ਨਾਲ ਪਿਆ ਹਾਂ ਇਹ ਖੂਨ ਹੀ ਐਸਾ ਅੱਲਾ ਬਣਾਏ ਬੜੇ ਬੜੇ ਹੁਸੈਨ ਇੱਕ ਬਾਈ ਨੂੰ ਪਿਆਰ ਕਰਨ ਵਾਲੇ ਲੇਕਿਨ ਇਸ ਪੂਰੀ ਕਾਇਨਾਤ ਚ ਜਿਵੇਂ ਆਕਾ ਹੁਸੈਨ ਅਲੈਹਿ ਸਲਾਮ ਔਰ ਸਰਕਾਰ ਅੱਬਾਸ ਅਲੈਹਿ ਸਲਾਮ ਦਾ ਪਿਆਰ ਹਾਈ ਹੇ ਤੇ ਰਾਸੀ ਇਨ ਹੈ ਕੋਈ ਨਾ ਐ ਬੰਦੇ ਪਿਛਲੇ ਨਹੀਂ ਬੋਲੇ ਮੈਂ ਇੱਥਾਂ ਹੀ ਤੁਹਾਨੂੰ ਅੱਖੀ ਨਾਲ ਇਹ ਸਾਰਾ ਮੰਜ਼ਰ ਵਿਖਾ ਦੇਵਾਂ ਵੱਤ ਬੁਲੇ ਸੋ ਇੱਥਾਂ ਹੀ ਅੱਲਾ ਦੀ ਕਸਮ ਇੱਕ ਗੱਲ ਨਹੀਂ ਇੱਥਾਂ ਹੀ ਹੁਣੇ ਇੱਕ ਦੂਰ ਦੀ ਗੱਲ ਹੈ ਇਹਨਾਂ ਦੁਆਂ ਫਿਰਾਵਾਂ ਦਾ ਪਿਆਰ ਇੱਥਾਂ ਹੀ ਬਾਕਰ ਤੂੰ ਹੀ ਸੁੱਤਾ ਬੈਠਾ ਹੈ ਮੈਨੂੰ ਏਡੇ ਝਟਕੇ ਆਏ ਨਹੀਂ ਮੈਨੂੰ ਇਤਨਾ ਜਗਰਾਤੇ ਮੈਂ ਤੈਨੂੰ ਦੱਸਾਂ ਕਿ ਭਾਈ ਮੈਂ ਇਹ ਲੱਗਦਿਆਂ ਨੂੰ ਛੋੜ ਨਹੀਂ ਪੈ ਸਕਦਾ ਤਾਂ ਤੁਰਿਆ ਵਧਾ ਨਹੀਂ ਤਾਂ ਹੁਣ ਮੈਨੂੰ ਕੋਈ ਇਹ ਤਾਂ ਨਹੀਂ ਜੋ ਮੈਨੂੰ ਕਈ ਭੁੱਖ ਪਈ ਖਲੋਤੀ ਤਾਂ ਪੈਸੇ ਉਹਦਾ ਇਕੱਠੇ ਕਰੇ ਨਾ ਨਹੀਂ ਨਹੀਂ ਜਦੋਂ ਨਿਭਦੀ ਨਹੀਂ ਭਾਈ ਨਸੀਰ ਕੋਲੋਂ ਨਿਭਦੀ ਨਹੀਂ ਨਹੀਂ ਨਿਭਦੀ ਬਹੁਤ ਪਿਆਰਾ ਵਿਰਾ ਹੈ ਮਾਲਿਕ ਨੂੰ ਉੱਚੇ ਰੰਗ ਲੈ ਐਸੇ ਇਨਸਾਨ ਘੱਟ ਹੁੰਦੇ ਨੇ ਨਿਆਜ਼ਾ ਹੀ ਦਿੰਦਾ ਮਿੰਟ ਉਹ ਤੋਂ ਉਹਦਾ ਕਰਦਾ ਪੰਜ ਮਿੰਟ ਤੂੰ ਬਾਹਰ ਆ ਪੰਜ ਮਿੰਟ ਤੂੰ ਬਾਹਰ ਆ ਇੰਜ ਹੁੰਦੇ ਨਹੀਂ ਆਜ਼ਾਦਾ ਇੱਥੇ ਸਬੂਤ ਦੇ ਹੁਆ ਆਕਾ ਹੁਸੈਨ ਅਲੈਹਿ ਸਲਾਮ ਔਰ ਸਰਕਾਰ ਅੱਬਾਸ ਅਲੈਹਿ ਸਲਾਮ ਦਾ ਪਿਆਰ ਇੱਥਾਂ ਹੀ ਤੁਹਾਨੂੰ ਹੁਣੇ ਨਾ ਵਿਖਾਵਾਂ ਤਾਂ ਵੱਧ ਸਾਈਆਂ ਬੋੜੀਆਂ ਵਾਲਾ ਕਿਉਂ ਬਣਾਏ ਦੇਖਣਾ ਚਾਹੁੰਦੇ ਹੋ ਪਿਆਰ ਦੇਖਣਾ ਚਾਹੁੰਦੇ ਹੋ ਪਹਿਲੇ ਹੋ ਵਿਖਾਵਾ ਭਾਈ ਸਾਰਿਆਂ ਦਾ ਪ੍ਰੋਗਰਾਮ ਹੈ ਵੱਤ ਦੇਖੋ ਗਾਜ਼ੀ ਤੇ ਹੁਸੈਨ ਦਾ ਹੀ ਸਿੱਧ ਕਮਾਲ ਏ ਜਿੱਥੇ ਹੋਵੇ ਮਿੰਬਰ ਉੱਥੇ ਅੱਲਾਮ ਵੀ ਨਾਲ ਏ ਜੀ ਆ ਬਿਸਮਿਲਲਾ ਬਿਸਮਿਲਲਾ ਏ ਆਲੀ ਆਲੀ ਫਿਰ ਸੁਣਾ ਭਾਈ ਗਾਜ਼ੀ ਤੇ ਹੁਸੈਨ ਸਦਾ ਜਸ਼ਨ ਹੁਸੈਨ ਤੇਰਾ ਲਖਫਾਜ ਤੂੰ ਨਹੀਂ ਨਾ ਲਖਫਾਜ ਤੂੰ ਚੁੱਪ ਸ਼ਬੀਰ ਦਿਖਾ ਗਈ ਤੇ ਉਹਦੀ ਮਾਤ ਅਲੀ ਦੀਆ ਧੀਆ ਦੇ ਵਾਹੀ ਕੇ ਪਾਲ ਵਿੱਚ ਮਾਰ ਬਿਸਮਿਲਾ ਬਿਸਮਿਲਾ ਨਾ ਕਰਾ ਨਾ ਕਰਾ ਨਹੀਂ ਨਾ ਲੱਖ ਫੌਜ ਤੁਲਾਦਾ ਗਾਜ਼ੀ ਉਹ ਚੁੱਪ ਸ਼ਬੀਰ ਦਿਖਾ ਗਈ ਉਹਦੀ ਮਾਤ ਅਲੀ ਦੀਆਂ ਧੀਆਂ ਦੇ ਵਹੀ ਕੇ ਪਲ ਵਿੱਚ ਮਾ ਸੈਨ ਰੁਕਈਆ ਤੂੰ ਪਹਿਲੇ ਉਹਦੀ ਲਾਸ਼ ਤੇ ਆ ਲਿਆ ਆਦੀ ਬੈਠੀ ਵਾ ਹਿਜਾਬ